ਪੰਮੀ ਭਾਈ ਜਿਹੜੇ ਜਿਨ੍ਹਾਂ ਨੂੰ ਤੁਸੀਂ ਅਕਸਰ ਸੁਣਦੇ ਹੋ ਉਹ ਇਸ ਵਕਤ ਸਿੰਘੂ ਬਾਰਡਰ ਇੱਥੇ ਪਹੁੰਚੇ ਹੋਏ ਉਹਨਾਂ ਨਾਲ ਗੱਲਬਾਤ ਕਰਦੇ ਆ ਪੰਮੀ ਭਾਈ ਜੀ ਤੁਹਾਨੂੰ ਕਿੰਨੇ ਸੁਨੇਹਾ ਪਾਇਆ ਵੀ ਤੁਸੀਂ ਆ ਜਾਓ ਇੱਥੇ ਕਿਸੇ ਨੇ ਸੁਨੇਹਾ ਨਹੀਂ ਪਾਇਆ ਮੈਂ ਤਾਂ ਡੇਵਨ ਤੋਂ ਮੈਂ ਤਾਂ ਕਿਸਾਨ ਦਾ ਪੁੱਤਾਂ ਕਲਾਕਾਰ ਤੇ ਮੈਨੂੰ ਬਾਦਚ ਬਣਾਇਆ ਮੈਂ ਤਾਂ ਜਨਮ ਜਨਮ ਤੋਂ ਜੰਮਿਆ ਕਿਸਾਨ ਦੇ ਘਰੇ ਆ ਆਜ਼ਾਦੀ ਘਹਾਟੀ ਦੇ ਘਰੇ ਜੰਮਿਆ ਤੇ ਮੈਂ ਤਾਂ ਡੇਵਨ ਤੋਂ ਕਿਸਾਨ ਮੂਵਮੈਂਟ ਨਾਲ ਜੁੜਿਆ ਹੋਇਆ ਮੈਂ ਕੋਈ ਇਹੋ ਜਿਹਾ ਥਾਂ ਨਹੀਂ ਜਿੱਥੇ ਮੈਂ ਜਾ ਕੇ ਬੋਲਿਆ ਨਹੀਂ ਕਿਉਂਕਿ ਜਗENDER ਸਿੰਘ ਅੰਗਰਾਹਨ ਮੇਰੇ ਭਰਾ ਨੇ ਵੱਡੇ ਮੇਰੇ ਗਰਾਈ ਨੇ ਤੇ ਸਾਡਾ ਪਿੰਡ ਦੀਆਂ ਜੂਹਾਂ ਬੱਟਾਂ ਸਾਂਝੀਆਂ ਨੇ ਤੇ ਰਾਜੇ ਵਾਲੀ ਸਾਹਿਬ ਨਾਲ ਵੀ ਬਹਿਰੂ ਸਾਹਿਬ ਨਾਲ ਵੀ ਸਾਰੇ ਕਿਸਾਨ ਲੀਡਰਾਂ ਨਾਲ ਮੇਰੀ ਬੜੀ ਨੇੜਤਾ ਹੈ ਤੇ ਪਰ ਜਿਹੜਾ ਹੈਗਾ ਮੈਂ ਇਹ ਤਾਂ ਮੈਂ ਆਪਣੇ ਦਿਲੋਂ ਆਇਆ ਮੈਨੂੰ ਕਿਸੇ ਨੇ ਸੱਦਿਆ ਥੋੜਾ ਇੱਥੇ ਮੈਂ ਤਾਂ ਇੱਕ ਕਿਸਾਨ ਦਾ ਪੁੱਤ ਹੋਣ ਕਰਕੇ ਇੱਥੇ ਆਇਆ ਇੱਥੇ ਪੰਮੀ ਭਾਈ ਸਵਾਲ ਇਸ ਕਰਕੇ ਉੱਠ ਰਿਹਾ ਕਿ ਜਿਹੜੇ ਕਲਾਕਾਰ ਆ ਕਹਿੰਦੇ ਉਦੋਂ ਜਾਗਦੇ ਆ ਜਦੋਂ ਉਹਨਾਂ ਨੂੰ ਹਲੂਨੇ ਪੈ ਰਹੇ ਆ ਪਰ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਕਿਸਾਨ ਦੇ ਪੁੱਤ ਤੋਂ ਤੁਸੀਂ ਤਾਂ ਸ਼ੁਰੂ ਤੋਂ ਇਨ੍ਹਾਂ ਚੀਜ਼ਾਂ ਨਾਲ ਜੁੜੇ ਹੋਏ ਹੋ ਜਿਹੜੇ ਨਵੇਂ ਕਲਾਕਾਰ ਆ ਉਹ ਅੱਜ ਹੀ ਜੁੜ ਰਹੇ ਆ ਜਾਂ ਭਵਿੱਖ ਵਿੱਚ ਵੀ ਜੁੜੇ ਰਹਿਣਗੇ ਦੇਖੋ ਇਹਨਾਂ ਬਾਰੇ ਤਾਂ ਉਹ ਗੱਲ ਜਾਦੇ ਆਪ ਦੀ ਬਿਹਤਰ ਦੱਸ ਸਕਦੇ ਨੇ ਮੈਂ ਉਹਨਾਂ ਬਾਰੇ ਕਿਸੇ ਬਾਰੇ ਭਵਿੱਖਬਾਣੀ ਨਹੀਂ ਕਰੂੰਗਾ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਨਾ ਕਿ ਮਹਿਜ ਕੱਲੇ ਕਲਾਕਾਰ ਸਾਡੇ ਪੰਜਾਬ ਦੇ ਬੁੱਧੀਜੀਵੀ ਹਰ ਵਰਗ ਦੇ ਲੋਕ ਅੱਜ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਖੜੇ ਨੇ ਇੱਕ ਸੱਚੇ ਕਲਾਕਾਰ ਦਾ ਇੱਕ ਲੋਕ ਕਲਾਕਾਰ ਦਾ ਪੰਮੀ ਭਾਈ ਲੋਕਾਂ ਦਾ ਕਲਾਕਾਰ ਹੈ ਤੇ ਉਹਦਾ ਫਰਜ ਬਣਦਾ ਹੈ ਕਿ ਆਪਦੇ ਲੋਕਾਂ ਦੇ ਦੁੱਖਾਂ ਤਕਲੀਫਾਂ 'ਚ ਖੜੇ ਉਸ ਦਰਦ ਦੀ ਦਵਾਈ ਬਣ ਕੇ ਆਵਾਜ਼ ਬਣੇ ਤੇ ਉਹਨਾਂ ਦੀ ਆਵਾਜ਼ ਨੂੰ ਬਲੰਦ ਕਰੇ ਸੋ ਮੈਂ ਤਾਂ ਅੱਜ ਆਪਣਾ ਜਿਹੜਾ ਹੈਗਾ ਇੱਥੇ ਆਪਦੀ ਉਸ ਕਿਸਾਨੀ ਦੇ ਇੱਕ ਦਰਦ ਨੂੰ ਜੋ ਮੈਂ ਆਪ ਸਹਿ ਰਹੇ ਹਾਂ ਮੈਂ ਉਹਦੇ ਲਈ ਇੱਥੇ ਆਇਆ ਲੋਕਾਂ ਦੇ ਕਲਾਕਾਰ ਨੇ ਲੋਕਾਂ ਵਾਸਤੇ ਕੁਝ ਇਸ ਬਾਬਤ ਗੌਨਦੀ ਵੀ ਕੋਸ਼ਿਸ਼ ਕੀਤੀ ਹੈ ਤੇ ਜਾਂ ਸਿਰਫ ਤੁਸੀਂ ਸੰਬੋਧਨ ਕਰਨ ਆਏ ਹੋ ਜਾਂ ਆਪਣੀਆਂ ਗੱਲਾਂ ਕਹਿ ਕੇ ਗਏ ਹੋ ਜਾਂ ਕੁਝ ਇਸ ਇਸ ਮਾਹੌਲ ਵਿੱਚ ਕੁਝ ਲਿਖਿਆ ਵੀ ਹੈ ਤੁਸੀਂ ਨਵਾਂ ਦੇਖੋ ਇਸ ਮਾਹੌਲ ਦੇ ਵਿੱਚ ਨਹੀਂ ਮੈਂ ਕਿਸਾਨੀ ਦੇ ਉੱਤੇ ਪਹਿਲਾਂ ਵੀ ਰਾਜ ਕੱਕੜੇ ਦਾ ਇੱਕ ਗਾਣਾ ਕਰ ਚੁੱਕੇ ਹਾਂ ਅੱਜ ਤੋਂ 2-3 ਸਾਲ ਪਹਿਲਾਂ ਤੇ ਹੁਣ ਵੀ ਮੈਂ ਇੱਕ ਗਾਣਾ ਕੀਤਾ ਹੋਇਆ ਹੈ ਤੇ ਮੈਂ ਉਹਦੇ ਦੋ ਬੋਲ ਵੀ ਸਾਂਝੇ ਕੀਤੇ ਨੇ ਪਰ ਮੈਂ ਸਬੋਧਨ ਵੀ ਹੋਇਆ ਕਿਉਂਕਿ ਮੈਂ ਮੂਵਮੈਂਟਸ ਦੇ ਨਾਲ ਪਹਿਲੀ ਵਾਰ ਨਹੀਂ ਜੁੜਿਆ ਹੋਇਆ ਮੈਂ ਆਪਣੇ ਕਾਲਜ ਲੈਵਲ ਤੋਂ ਜੁੜਿਆ ਹੋਇਆ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਆਪ ਦੇ ਬਾਪੂ ਜੀ ਸਵਰਗੀ ਪ੍ਰਤਾਪ ਸਿੰਘ ਬਾਗੀ ਉਹ ਫਰੀडम फाइਟਰ ਰਹੇ ਨੇ ਤੇ ਦੇਸ਼ ਦੀ ਜਦੋਂ ਕਿਸਾਨਾਂ ਦੀ ਮਜਾਰਾ ਮੂਵਮੈਂਟ ਸੀ ਉਹਦੇ ਚ ਮੋਢੀ ਹੋ ਕੇ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਤੇ ਮੈਂ ਉਹਨਾਂ ਦੀ ਗੁਰਤੀ ਮੈਨੂੰ ਮਿਲੀ ਹੋਈ ਆ ਤੇ ਮੈਂ ਤਾਂ ਜਿਹੜਾ ਹੈਗਾ ਇਸੇ ਕਰਕੇ ਕਿਸਾਨੀ ਕੋਲ ਚ ਪਹਿਲੇ ਦਿਨ ਤੋਂ ਹੀ ਕੁੱਦ ਪਿਆ ਸੀ ਪਹਿਲੇ ਦਿਨ ਹੀ ਜਾ ਕੇ ਮੈਂ ਜੀਟੀ ਰੋਡ ਰਾਜਪੁਰਾ ਤੇ ਸੰਬੋਧਨ ਹੋਇਆ ਉੱਥੇ ਕਿਸਾਨਾਂ ਨੂੰ ਸਾਰੀਆਂ ਜਥੇਬੰਦੀਆਂ ਉੱਥੇ ਬੈਠੀਆਂ ਸੀਆਂ ਲੀਡਰ ਉੱਥੇ ਬੈਠੇ ਸੀ ਤੇ ਉਸ ਤੋਂ ਮੰਗਨੋਂ ਤਾਂ ਚੱਲ ਸੋ ਚੱਲ ਤੇ ਮੈਂ ਕੋਈ ਇਹ ਜੀ ਜਗ੍ਹਾ ਨਹੀਂ ਛੱਡੀ ਹੁਣ ਜਿੱਥੇ ਮੈਂ ਗਿਆ ਨਹੀਂ ਸੋ ਕਾਰਨ ਇਹ ਹੈਗਾ ਕਿ ਜਿਹੜਾ ਇਹ ਕੋਲ ਹੈਗਾ ਇਹ ਕੋਲ ਮਹਿਜ ਪੰਜਾਬ ਜਾਂ ਹਰਿਆਣੇ ਦਾ ਜਾਂ ਰਾਜਸਥਾਨ ਜਾਂ ਜੁਪੀ ਦਾ ਨਹੀਂ ਅੱਜ ਇਹ ਕੋਲ ਸਮੁੱਚੀ ਕਿਸਾਨੀ ਦਾ ਜੋ ਸਾਡੀ ਕਹਿੰਦੇ ਨੇ ਸਾਡਾ ਕਿਸਾਨੀ ਦੇ ਨਾਲ ਨਾਲ ਸਾਡਾ ਮਜ਼ਦੂਰ ਵਰਗ ਜੁੜਿਆ ਹੈ ਸਾਡੇ ਹੋਰ ਵਰਗ ਜੁੜੇ ਨੇ 60% ਲੋਕ ਨੇ ਜਿਹੜੇ ਇਸ ਕਿੱਤੇ ਨਾਲ ਜੁੜੇ ਹੋਏ ਨੇ ਤੇ ਅੱਜ ਪੂਰਾ ਹਿੰਦੁਸਤਾਨ ਦੇ ਆਬਾਦ ਹਰ ਸੂਬੇ ਦੇ ਵਿੱਚ ਆਬਾਦ ਜਿਹੜਾ ਹੈਗਾ ਇਸ ਦੇ ਨਾਲ ਜੁੜਿਆ ਜਿਹੜਾ ਮੋਰੀ ਪੱਖ ਹੈਗਾ ਉਹ ਸਾਡੇ ਪੰਜਾਬੀ ਕਿਸਾਨਾਂ ਨੇ ਸ਼ੁਰੂ ਕੀਤਾ ਤੇ ਇਹ ਪਹਿਲਾ ਘੋਲ ਹੈ ਜਿਹੜਾ ਨੌਨ ਰਾਜਨੀਤਿਕ ਨੌਨ ਧਾਰਮਿਕ ਤੇ ਇਸੇ ਕਰਕੇ ਹਿੰਦੁਸਤਾਨ ਦੀ ਸਰਕਾਰੀ ਹੈ ਡਰ ਰਹੀ ਹੈ ਕਿ ਇਹ ਪੀਸਫੁਲ ਲੋਕਾਂ ਦੇ ਅਸੀਂ ਕਿਵੇਂ ਲਾਠੀ ਚਾਰਜ ਕਰੀਏ ਤੇ ਮੈਨੂੰ ਤਾਂ ਸ਼ਰਮ ਆਉਂਦੀ ਹੈਗੀ ਆ ਖੱਟੜ ਸਾਹਿਬ ਦੇ ਉੱਤੇ ਜਿਹੜੇ ਹਰਿਆਣੇ ਦੇ ਮੁੱਖ ਮੰਤਰੀ ਨੇ ਕਿ ਉਹਨਾਂ ਨੇ ਕਿਸ ਤਰ੍ਹਾਂ ਮਤਲਬ ਕਿ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਹੈ ਤੇ ਕਿਸ ਤਰ੍ਹਾਂ ਮਤਲਬ ਕਿ ਸਾਡੇ ਭਰਾਵਾਂ ਦੇ ਉੱਤੇ ਕਹਿੰਦੇ ਨੇ ਵੱਡੇ ਵੱਡੇ ਬੈਰੀਕੇਡਸ ਲਾ ਕੇ ਰੋਕਿਆ ਉਹਨਾਂ ਤੇ ਵਾਟਰ ਕੈਨਨਸ ਜਿਹੜੀਆਂ ਹੈਗੀਆਂ ਨੇ ਜਲਤੂਪਾਂ ਚ ਲੈਆਂ ਗਈਆਂ ਟਾਇਰ ਸ਼ੈੱਲ ਸਿੱਟੇ ਪਰ ਤਕੜੇ ਨੇ ਸਾਡੇ ਕਿਸਾਨ ਜਥੇਬੰਦੀਆਂ ਦੇ ਸਾਡੇ ਜਿਹੜੇ ਭਰਾ ਜੁੜੇ ਹੋਏ ਨੇ ਉਹਨਾਂ ਨੇ ਸਾਰੀਆਂ ਪਟ ਕੇ ਆ ਬੈਠਿਆ ਦਿੱਲੀ ਦੇ ਬੂਹੇ ਦੇ ਉੱਤੇ ਤੇ ਹੁਣ ਮੋਦੀ ਸਾਹਿਬ ਉਹਨਾਂ ਨੂੰ ਇਸੇ ਗੱਲ ਦਾ ਫਿਕਰ ਪਿਆ ਹੋਇਆ ਕਿ ਅਸੀਂ ਕਰਾਂਗੇ ਤੇ ਗਾਂਹਾਂ ਕਰੀਏ ਤੇ ਕੀ ਕਰੀਏ ਤੇ ਉਹ ਮੀਟਿੰਗ ਦਰ ਮੀਟਿੰਗ ਮੀਟਿੰਗ ਦਰ ਮੀਟਿੰਗ ਉਹ ਜੇ ਇੱਥੇ ਕੋਈ ਸਿਆਸੀ ਬੰਦੇ ਹੁੰਦੇ ਸ਼ਾਇਦ ਉਹਨੂੰ ਵਿਖ ਜਾਂਦੇ ਪਰ ਇਹ ਕਿਸਾਨ ਜਿੱਥੇ ਬੰਦੀਆਂ ਨੇ ਇਹਨਾਂ ਚ ਵਿਕਣ ਦੀ ਕੋਈ ਗੰਜائش ਨਹੀਂ ਕਿਉਂਕਿ ਪਿੱਛੋਂ ਨਾ ਕਿ ਮਹਿਜ਼ ਹਿੰਦੁਸਤਾਨ ਦੀ ਹਿੰਦੁਸਤਾਨ ਤੋਂ ਬਾਹਰ ਵੱਸਦੇ ਲੱਖਾਂ ਕਰੋੜਾ ਬੰਦਿਆਂ ਦੀ ਸਪੋਰਟ ਇਸ ਘੋਲ ਦੇ ਨਾਲ ਹੈ ਤੇ ਸਰਕਾਰਾਂ ਵੱਡੀਆਂ ਵੱਡੀਆਂ ਸਰਕਾਰਾਂ ਚਰ ਕੇ ਜਾਂਦੀਆਂ ਨੇ ਅ 1975 ਜਿੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਤੇ ਉਹਨੂੰ ਇਹ ਲੱਗਦਾ ਸੀ ਕਿ ਮੈਂ ਨਹੀਂ ਉਤਰਦੀ ਗੱਦੀ ਤੋਂ 25 ਮਹੀਨਿਆਂ ਚਤਾਰ ਕੇ ਪਰ੍ਹਾਂ ਮਾਰੀ ਜਨਤਾ ਪਾਰਟੀ ਦੀ ਸਰਕਾਰ ਬਣ ਗਈ ਤੇ ਮੋਦੀ ਕਿਸ ਵਾਕ ਦੀ ਮੂਲੀ ਹੈ ਪੰਮੀ ਬਾਈ ਕੁਝ ਗਾ ਕੇ ਇਸ ਕਿਸਾਨ ਅੰਦੋਲਨ ਦੇ ਵਿੱਚ ਆਪਣੀ ਹਾਜ਼ਰੀ ਲਾਉਣਾ ਚਾਹੁੰਦੇ ਆ ਸਾਡੇ ਮਾਈਕ ਤੇ ਦੇਖੋ ਗਾਉਣ ਵਾਲੀ ਗੱਲ ਨਹੀਂ ਹੈ ਕਿ ਮੈਂ ਕਿਸਾਨੀ ਦਾ ਜਿਹੜਾ ਕਿਸਾਨੀ ਦਾ ਮੈਂ ਹਲੇ ਹੁਣ ਇਹ ਗਾਣਾ ਨਸ਼ਰ ਕਰਨਾ ਹੈ ਹਲੇ ਕੀਤਾ ਨਹੀਂ ਕਿਉਂਕਿ ਮੈਂ ਲੋਕਡਾਊਨ ਤੋਂ ਪਹਿਲਾਂ ਕਰ ਚੁੱਕੇ ਸੀ ਉਦੋਂ ਕਿਸਾਨੀ ਘੋਲ ਵੀ ਨਹੀਂ ਸੀ ਚੱਲਿਆ ਜਦੋਂ ਇਹ ਗਾਣਾ ਕੀਤਾ ਜੰਗ ਢਿੱਲੋਂ ਦਾ ਲਿਖਿਆ ਹੋਇਆ ਪਰ ਮੈਂ ਇਹਨੂੰ ਗਾਣੇ ਨੂੰ ਹਲੇ ਨਸ਼ੇ ਦੇ ਇਸੇ ਕਰਕੇ ਨਹੀਂ ਕੀਤਾ ਸੀ ਕਿ ਇਸ ਰੋਲੇ ਗੋਲੇ 'ਚ ਕਿਤੇ ਇਹ ਨਾ ਹੋਵੇ ਕਿ ਮੇਰਾ ਗਾਣਾ ਹੀ ਜਿਹੜਾ ਹੈਗਾ ਕਿਉਂਕਿ ਮੈਂ ਕਿਸਾਨੀ ਦੀ ਤਰਾਸਦੀ ਦੀ ਗੱਲ ਕੀਤੀ ਹੈ ਬਹੁਤ ਹੀ ਖੂਬਸੂਰਤ ਲੈਣਾ ਉਹਦਿਆਂ ਨੇ ਤੇ ਉਹਦਿਆਂ ਤੋਂ ਲੈਣਾ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਂ ਇਹ ਗਾਣਾ ਆਪਣੀਆਂ ਉਹਨਾਂ ਮਾਮਾ ਨੂੰ ਜਿਨ੍ਹਾਂ ਨੇ ਕਿਸਾਨੀ ਕਰਜ਼ਿਆਂ ਦੇ ਬਦਲ ਝੱਲੇ ਨੇ ਉਨਾ ਮਾਮਾ ਨੂੰ ਸਮਰਪਿਤ ਮੇਰਾ ਗਾਣਾ ਹੈਗਾ ਪੰਡ ਕਰ ਜੇ ਦੀ ਭਾਰੀ ਵੇ ਸਾਡੇ ਸਿਰ ਤੇ ਬੋਲ ਰਹੀ ਲਬਦਾ ਨਹੀਂ ਤੇਰਾ ਬਾਪੂ ਵੇ ਮੈਂ ਕਰਦੀ ਟੋਲ ਰਹੀ ਫੋਨ ਬੈਂਕ ਦਾ ਆਇਆ ਫੋਨ ਬੈਂਕ ਦਾ ਆਇਆ ਸੁਣ ਕੇ ਬਾਹਰ ਨੂੰ ਤੁਰਿਆ ਫਾਇਨਾ ਕਿਤੇ ਲੈ ਲੇ ਵੇ ਬਾਪੂ ਖੇਤੋਂ ਨਹੀਂ ਮੁੜਿਆ ਪਾਈ ਨਾ ਕਿਤੇ ਲੈ ਲੈ ਵੇ ਉਹ ਤਾਂ ਖੇਤੋਂ ਨਹੀਂ ਮੁੜਿਆ ਬਹੁਤ ਦਰਦ ਹੈ ਪੰਮੀ ਭਾਈ ਇਸ ਇਹਨਾਂ 17 ਦੇ ਵਿੱਚ ਜਿਹੜਾ ਤੁਸੀਂ ਅਗਾਇਆ ਤੁਹਾਨੂੰ ਲੱਗਦਾ ਕਿ ਇਹਨਾਂ ਖੇਤੀਕਰੂ ਦੇ ਰੱਦ ਹੋਣ ਦੇ ਨਾਲ ਤਾਂ ਜਾਂ ਜੋ ਸਾਰਾ ਅੰਦੋਲਨ ਚੱਲਦਾ ਪਿਆ ਉਸ ਤੋਂ ਬਾਅਦ ਕੀ ਜਿਹੜਾ ਖੇਤੀ ਤੇ ਜਿਹੜਾ ਸੰਕਟ ਹੈਗਾ ਉਸ ਦੇ ਹੱਲ ਹੀ ਸਰਕਾਰਾਂ ਨੂੰ ਕੋਈ ਕਦਮ ਚੁੱਕਣੇ ਚਾਹੀਦੇ ਆ ਜਾਂ ਇਹ ਖੇਤੀਕਰੂ ਰੱਦ ਕਰਉਣ ਤੱਕ ਹੀ ਅਸੀਂ ਸੀਮਤ ਰਹਿ ਜਾਣਾ ਨਹੀਂ ਨਹੀਂ ਦੇਖੋ ਗੱਲ ਤਾਂ ਇਹ ਹੈ ਵੀ ਕੋਈ ਵੀ ਸਰਕਾਰ ਹੋਵੇ ਚਾਹੇ ਹਿੰਦੁਸਤਾਨ ਦੀ ਸਰਕਾਰ ਚਾਹੇ ਸੂਬੇ ਦੀ ਸਰਕਾਰ ਉਹ ਲੋਕ ਭਲਾਈ ਲਈ ਕੰਮ ਕਰਦਿਆਂ ਨੇ ਲੋਕਾਂ ਦੀ ਭਲਾਈ ਲਈ ਕੰਮ ਕਰਦਿਆਂ ਨੇ ਪਰ ਮੈਂ ਇਹ ਪਹਿਲੀ ਹਿੰਦੁਸਤਾਨ ਦੀ ਸਰਕਾਰ ਦੇਖ ਰਹੀਆਂ ਤੇ ਜਿਹਦਾ ਪ੍ਰਾਈਮ ਮਿਨਿਸਟਰ ਝੂਠ ਬੋਲ ਰਿਹਾ ਹੈ ਕਿ ਮੈਂ ਲੋਕਾਂ ਲਈ ਬਣਾਇਆ ਉਹ ਇਹ ਕਿਉਂ ਨਹੀਂ ਕਹਿੰਦਾ ਜੀ ਮੈਂ ਤਾਂ ਅਡਾਨੀ ਬਾਨੀਆਂ ਲਈ ਬਣਾਇਆ ਸੋ ਸਾਡੀ ਪ੍ਰੋਬਲਮ ਹੀ ਇਹੀ ਹੈਗੀ ਹੈ ਹਿੰਦੁਸਤਾਨ ਦੀ ਕਿ ਝੂਠ ਬੋਲ ਕੇ ਸਾਨੂੰ ਸਾਡੇ ਦੇ ਰਾਜ ਕੀਤਾ ਜਾਂਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਝੂਠ ਬੋਲਦੇ ਨੇ ਤੇ ਉਸ ਝੂਠ ਚੋਂ ਨਿਕਲਦਾ ਕੁਝ ਨਹੀਂ ਸੋ ਇਹ ਇਹ ਬੜੀ ਦਖਾਂਤਕ ਪੱਖ ਹੈਗਾ ਕਿ ਹਿੰਦੁਸਤਾਨ ਦੇ ਵਿੱਚ ਅ ਜ ਜ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹਦਾ ਜੇ ਅਸੀਂ ਪਿਛਲੇ 6-7 ਸਾਲਾਂ ਦਾ ਇਤਿਹਾਸ ਕੱਢਦੇ ਹਾਂ ਤੇ ਝੂਠ ਤੋਂ ਸਬਾਇ ਕੋਈ ਗੱਲ ਨਹੀਂ ਹੈਗੀ ਇੱਕ ਆਖਰੀ ਸਵਾਲ ਪਾਮੀ ਭਾਈ ਹੁਣ ਲਿਖਤਾਂ ਵੀ ਬਦਲਣ ਗਿਆ ਫਿਲਮਾਂ ਵੀ ਬਦਲ ਜਾਣ ਗਿਆ ਸਿਆਸੀ ਮਾਡਲ ਵੀ ਬਦਲ ਜਾਣਗੇ ਖੇਤੀ ਮਾਡਲ ਵੀ ਬਦਲਨੇ ਪੈਣੇ ਆ ਤੁਹਾਨੂੰ ਲੱਗਦਾ ਕਿ ਇਸ ਅੰਦੋਲਨ ਨੇ ਉਹ ਸਭ ਕੁਝ ਬਦਲ ਦੇਣਾ ਜਿਹੜੇ ਪੁਰਾਣੇ ਅਸੀਂ ਧਰੇ ਤੇ ਟਿੱਕੇ ਹੋਏ ਸੀਗੇ ਦੇਖੋ ਸਚੇਤ ਹੋ ਰਹੇ ਨੇ ਲੋਕ ਸਚੇਤ ਹੋ ਰਹੇ ਨੇ ਲੋਕ ਅੱਜ ਦਾ ਕਿਸਾਨ ਪੜਿਆ ਲਿਖਿਆ ਕਿਸਾਨ ਹੈ ਆ ਆ ਮੇਰੇ ਪੜ੍ਹੇ ਲਿਖੇ ਭਰਾ ਖੜੇ ਨੇ ਇਹ ਇਹ ਪੜ੍ਹੇ ਲਿਖੇ ਲੋਕ ਨੇ ਇਹ ਇਹਨਾਂ ਇਹਨਾਂ ਨੂੰ ਇੰਟਰਨੈਟ ਦਾ ਵੀ ਪਤਾ ਹੈ ਇਹਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਇੱਕ ਸ਼ੈ ਦਾ ਪਤਾ ਹੈ ਇਹ ਉੱਥੇ ਬਹਿ ਕੇ ਦੇਖ ਲਾਂਦੇ ਨੇ ਸੋ ਅੱਜ ਸੁਚੇਤ ਹੋ ਗਿਆ ਸਾਡਾ ਨੌਜਵਾਨ ਤੇ ਇਸ ਸੁਚੇਤ ਦੇ ਵਿੱਚ ਜਰੂਰ ਜਰੂਰ ਜਿਹੜਾ ਹੈਗਾ ਕੁਝ ਨਾ ਕੁਝ ਜ਼ਰੂਰ ਚੇਂਜ ਹੋਊਗਾ ਤੇ ਇਸ ਚੇਂਜ ਕਰਨ ਦੇ ਲਈ ਮੈਂ ਧੰਨਵਾਦ ਕਰਦਾ ਕਿਸਾਨ ਯੂਨੀਅਨ ਦੇ ਲੀਡਰਾਂ ਦੀ ਜਿਨ੍ਹਾਂ ਨੇ ਐਡਾ ਵੱਡਾ ਹਮਲਾ ਮਾਰਿਆ ਤੇ ਹਿੰਦੁਸਤਾਨ ਨੂੰ ਜਗਾਇਆ ਹੈ ਹਿੰਦੁਸਤਾਨ ਦੇ ਉਹਨਾਂ ਕਿਰਤੀ ਕਿਸਾਨਾਂ ਨੂੰ ਜਗਾਇਆ ਕਿ ਆਉ ਉਠੋ ਰਲ ਕੇ ਹਮਲਾ ਮਾਰੀਏ ਤੇ ਦੇਸ਼ ਨੂੰ ਉਹਨਾਂ ਜੰਜੀਰਾਂ ਚੋਂ ਬਾਹਰ ਕੱਢੀਏ ਜਿਹੜੀਆਂ ਜਿਹਨਾਂ ਨੇ ਹੁਣ ਤੱਕ ਜਕੜ ਕੇ ਰੱਖਿਆ ਹੋਇਆ ਆਦੇ ਭਾਈਚਾਰੇ ਨੂੰ ਕੁਝ ਕਹਿਣਾ ਚਾਹੁੰਦੇ ਆ ਦੇਖੋ ਭਾਈਚਾਰਾ ਸਾਰੇ ਮੇਰੇ ਦੋਸਤ ਐ ਤੇ ਹਾਜ਼ਰੀਆਂ ਲਵਾ ਰਹੇ ਨੇ ਤੇ ਜਿਨ੍ਹਾਂ ਨੇ ਨਹੀਂ ਲਵਾਈਆਂ ਉਹ ਵੀ ਆਉਣ ਇਕੱਲੇ ਟਵਿੱਟਰ ਜਾਂ ਫੇਸਬੁੱਕ ਦੇ ਉੱਤੇ ਬੋਲ ਕੇ ਨਹੀਂ ਕਿ ਕੰਮ ਸਰਦਾ ਜਾਤੀ ਤੌਰ ਤੇ ਆਉਣਾ ਚਾਹੀਦਾ ਸਾਰਿਆਂ ਨੂੰ ਵੱਡੇ ਵੱਡੇ ਜਿਹੜੇ ਸਿੱਖ ਨੇ ਉਹਨਾਂ ਦਾ ਫਰਜ਼ ਬਣਦਾ ਹੈਗਾ ਆਉਣਾ ਹੈਂ ਕਿਉਂਕਿ ਨਾਮ ਤਾਂ ਨਹੀਂ ਲੈਣਾ ਕਿਸੇ ਦਾ ਨਹੀਂ ਮੈਂ ਕਿਸੇ ਦਾ ਨਾਮ ਲੈਣ ਚੋਗਿਆ ਹੀ ਨਹੀਂ ਹੈਗਾ ਐ ਕਿਉਂਕਿ ਮੈਂ ਤਾਂ ਇੱਥੇ ਕਿਸਾਨ ਹੋਣ ਦੇ ਨਾਤੇ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਸਿੰਗਰ ਹੋਣ ਦੇ ਨਾਤੇ ਗੱਲ ਨਹੀਂ ਕਰ ਰਿਹਾ ਤੇ ਸਿੰਗਰ ਹੋਣ ਦੇ ਨਾਤੇ ਤੇ ਮੈਂ ਚਪੀੜ ਮਾਰ ਕੇ ਆਂ ਸਟੇਜ ਤੇ ਮੋਦੀ ਸਰਕਾਰ ਨੂੰ ਬਹੁਤ ਧੰਨਵਾਦ ਬਹੁਤ ਧੰਨਵਾਦ ਪੰਮੀ ਪੰਮੀ ਭਾਈ ਤੁਹਾਡਾ ਸੁਨੇਹਾ ਲੱਗ ਚੁੱਕਿਆ ਪਹੁੰਚ ਚੁੱਕਿਆ ਕਿ ਤੁਸੀਂ ਕਿੰਨਾ ਨੂੰ ਕਹਿ ਰਹੇ ਹੋ ਕਿ ਟਵਿੱਟਰ ਤੇ ਜਾਂ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਗੱਲ ਕਰਨ ਨਾਲ ਕੁਝ ਨਹੀਂ ਹੋਣਾਗਾ ਗਰਾਊਂਡ ਤੇ ਆਉਣਾ ਪੈਣਾ ਇੱਥੇ ਆ ਕੇ ਕਿਸਾਨਾਂ ਦੇ ਨਾਲ ਖੜਨਾ ਪੈਣਾ ਇਹ ਪੰਮੀ ਭਾਈ ਨੇ ਸੁਨੇਹਾ ਦਿੱਤਾ ਹੈ ਕੈਮਰਾ ਪਰਸਨ ਪ੍ਰਦੀਪ ਦੇ ਨਾਲ ਸਿੰਘੂ ਬਾਰਡਰ ਤੋਂ ਕੇਪੀ ਸਿੰਘ ਜਸ ਪੰਜਾਬੀ ਦੇ ਲਈ ਦਿੱਲੀ